ਰਾ ਨਾਮ ਸਰਬਜੀਤ ਕੋਰ ਹੈ ਮੈਂ ਪੰਜਵੀਂ ਕਲਾਸ ਦੀ ਵਿਦਿਆਰਥਣ ਹਾਂ ਅੱਜ ਮੈਂ ਕਹਾਣੀ ਸੁਣਾਉਣ ਜਾ ਰਹੀ ਹਾਂ ਸਿਆਣੀ ਗੱਲ ਡਾਕਟਰ ਜਿੰਦਰ ਕੁਰਸੀ ਉੱਪਰ ਬੈਠਾ ਇੱਕ ਤਕ ਕੁੰਦਨ ਲਾਲ ਵੇਖ ਰਿਹਾ ਸੀ ਕੁੰਦਨ ਲਾਲ ਸਕੂਟਰ ਮੋਟਰਸਾਈਕਲ ਆਦਿ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ ਉਹ ਦੁਕਾਨ ਉੱਤੇ ਇਸ ਵੇਲੇ ਡਾਕਟਰ ਜਿੰਦਰ ਦਾ ਸਕੂਟਰ ਠੀਕ ਕਰ ਰਿਹਾ ਸੀ ਪਰ ਡਾਕਟਰ ਜਿੰਦਰ ਦੀ ਨਜ਼ਰ ਕੁੰਦਨ ਉੱਪਰ ਟਿੱਕੀ ਹੋਈ ਸੀ ਉਸ ਵੱਲ ਵੇਖ ਕੇ ਡਾਕਟਰ ਜਿੰਦਰ ਸੋਚ ਰਿਹਾ ਸੀ ਇਕੱਠੇ ਤਾਂ ਪ੍ਰਾਇਮਰੀ ਸਕੂਲ ਵਿੱਚ ਪੜੇ ਹਾਂ ਇੱਕੋ ਜਿੰਨੀ ਉਮਰ ਹੈ ਅਤੇ ਨੇੜੇ-ਨੇੜੇ ਹੀ ਇੱਕੋ ਗਲੀ ਵਿੱਚ ਘਰ ਸਨ ਡਾਕਟਰ ਰਜਿੰਦਰ ਦਾ ਚੇਤਾ ਬਹੁਤ ਪਿੱਛੇ ਚਲੇ ਗਿਆ ਇੱਕ ਵਾਰ ਕੁੰਦਨ ਲਾਲ ਕਈ ਦਿਨਾਂ ਤੋਂ ਸਕੂਲ ਨਹੀਂ ਸੀ ਆਇਆ ਰਜਿੰਦਰ ਨੂੰ ਰਜਿੰਦਰ ਨੇ ਉਹਨੂੰ ਕਿਤੇ ਦੇਖਿਆ ਵੀ ਨਹੀਂ ਸੀ ਅਚਾਨਕ ਇੱਕ ਦਿਨ ਪਿੰਡੋਂ ਬਾਹਰ ਕੁੰਦਨ ਲਾਲ ਮਿਲ ਪਿਆ ਤਾ ਉਹਨੇ ਉਸ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਕੁੰਦਨ ਤੂੰ ਸਕੂਲ ਕਿਉਂ ਨਹੀਂ ਆਉਂਦਾ ਯਾਰ ਕੀ ਤੂੰ ਪੜਨਾ ਨਹੀਂ ਛੱਡਿਆ ਪੜਾਈ ਨੂੰ ਮੇਰਾ ਚਾਚਾ ਕਹਿੰਦਾ ਹੈ ਪੜਾਈ ਵਿੱਚ ਕੁਝ ਨਹੀਂ ਰੱਖਿਆ ਮੈਨੂੰ ਚਾਚੇ ਨੇ ਸ਼ਹਿਰ ਵਿੱਚ स्कूटर वाली दुकान कुत्ते ला देता है कुंदन लाल बड़े चा नाल बोलया सी राजेंद्र ਨੂੰ कुंदन ਦੀ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ ਫਿਰ ਉਹ ਕਦੇ ਕਦਾਈ ਆਉਂਦੇ ਜਾਂਦੇ కుੰਦਰ ਲਾਲ ਨੂੰ ਦੇਖ ਜਾ ਮਿਲ ਲੈਂਦਾ ਕਦੇ-ਕਦੇ ਦੋ-ਚਾਰ ਗਲਾਬੀ ਹੋ ਜਾਂਦੇ